多做年代，他拍出。 ਇਹ ਦੇਖੋ ਜੀ ਇਹ ਬੋਡੀ ਬਿਲਡਿੰਗ ਨਹੀਂ ਇਹ ਰੈਸਲਿੰਗ ਗੇਮ ਹੈਗੀ ਹੈ ਤੇ ਪ੍ਰੋਫੈਸ਼ਨਲ ਰੈਸਲਿੰਗ ਹੈ ਰੈਸਲਿੰਗ ਹੁੰਦੀ ਹੈ ਸਿੰਪਲ ਜਿਹਾ ਅਮੈਚਰ ਰੈਸਲਿੰਗ ਵੀ ਕਹਿੰਦੇ ਆਪਾਂ ਇਹ ਪ੍ਰੋਫੈਸ਼ਨਲ ਰੈਸਲਿੰਗ ਦੇ ਵਿੱਚ ਆਉਂਦੀ ਹੈ ਇਹਦੇ ਚ ਫਰੀ ਸਟਾਈਲ ਫਾਈਟਸ ਵਗੈਰਾ ਹੁੰਦੀਆਂ ਵਾਂ ਤੇ ਇਹਦੇ ਚ ਤੁਸੀਂ ਬਾਕੀ WWE TV ਤੇ ਦੇਖਦੇ ਹੀ ਹੋ ਕਿੰਦਾਂ ਦੀ ਫਾਈਟਸ ਵਗੈਰਾ ਉਹਦੇ ਵਿੱਚ ਹੁੰਦੀਆਂ ਇਹ ਦੇਖੋ ਮੇਰਾ ਚਾਈਲਡਹੂਡ ਡ੍ਰੀਮ ਸੀਗਾ ਮੇਰੇ ਫਾਦਰ ਨੂੰ ਬਹੁਤ ਸ਼ੌਂਕ ਹੈ ਰੈਸਿੰਗ ਦੇਖਣ ਦਾ ਮੇਰੇ ਬ੍ਰਦਰ ਨੂੰ ਬਹੁਤ ਸ਼ੌਂਕ ਆ ਤੇ ਮੇਰੇ ਫਾਦਰ ਮੇਰੇ ਬਰਤੋਂ ਪਹਿਲਾਂ ਹੀ ਰੈਸਲਿੰਗ ਦੇਖਦੇ ਸੀਗੇ ਤੇ ਜਦੋਂ ਮੇਰਾ ਬਰਥ ਸੋਰੋ ਤੋਂ ਹੀ ਮੇਰੇ ਮਨ ਦੇ ਵਿੱਚ ਸੀਗਾ ਯਾਰ ਇਸ ਗੇਮ ਦੇ ਵਿੱਚ ਕੁਝ ਕਰਨਾ ਵਾ ਇਹ ਗੇਮ 'ਚ ਜਾਣਾ ਵਾ ਪਰ ਪਹਿਲਾਂ ਤੁਹਾਨੂੰ ਪਤਾ ਹੀ ਹੈ ਇੰਡੀਆ 'ਚ ਕੋਈ ਇੰਨਾ ਕੁਝ ਹੈ ਨਹੀਂ ਸੀਗਾ ਨਾ ਸਕੋਪ ਸੀਗਾ ਨਾ ਪਤਾ ਸੀਗਾ ਵੀ ਇੰਨੀ ਦੂਰ ਜਾਣਾ ਕਿਦਾ ਅਮਰੀਕਾ ਦੇ ਵਿੱਚ ਹੈਗੀ ਸੀ ਗੇਮ ਕੋਈ ਨਰ ਲਿੰਕ ਨਹੀਂ ਸੀਗੇ ਫਿਰ ਹੌਲੀ-ਹੌਲੀ ਜਦੋਂ ਉੱਥੇ ਇੱਕ ਅਕੈਡਮੀ ਖੁੱਲੀ ਉੱਥੇ ਕੁਝ ਫੋਰਨ ਦੇ ਰੈਸਲਰ ਤੇ ਟ੍ਰੇਨਰ ਸੀਗੇ ਸੋ ਮੈਂ ਉੱਥੇ ਰੈਸਿੰਗ ਸਿੱਖੀ ਹੈ ਜਿਹਦੇ 'ਚ ਮੈਂ ਫੀਸ ਪੇ ਕੀਤੀ ਸੀ 2 ਲੱਖ ਰੁਪਏ ਫੀਸ ਲਈ ਸੀ ਉਹਨਾਂ ਨੇ ਸਿਰਫ ਰੈਸਿੰਗ ਸਿਖਾਉਣ ਦੀ ਬਾਕੀ ਟੋਟਲ ਗੇਮ ਦੇ ਵਿੱਚ ਖਰਚਾ 7 ਤੋਂ 8 ਲੱਖ ਰੁਪਏ ਲੱਗ ਚ ਤੇ ਰਸਤਾ ਕੋਈ ਨਹੀਂ ਸੀਗਾ ਵੀ ਜਾਣਾ ਕਿੱਦਾਂ ਵਾਂਗੇ ਗੇਮ ਸਿੱਖਣ ਤੋਂ ਬਾਅਦ ਵੀ ਡਿਫਿਕਲਟੀਆਂ ਬਹੁਤ ਆ ਰਹੀਆਂ ਸੀਗੀਆਂ ਫਿਰ ਮੈਂ ਆਪ ਹੀ ਡਾਇਰੈਕਟ www ਦੇ ਸਰਚ ਕੀਤੀ ਵੀ ਕਿੱਦਾਂ ਅਸੀਂ ਸਿੱਧੀ ਅਪਰੋਚ ਕਰ ਸਕਦੇ ਆ ਸੋ ਸਿੱਧੀ ਜਿਹੜੋ ਮੈਂ ਅਪਰੋਚ ਕੀਤੀ ਤੇ ਫਿਰ ਉਹਨਾਂ ਨੇ ਮੈਨੂੰ ਟਰਾਈ ਆਊਟਸ ਲਈ ਇਨਵਾਈਟ ਕੀਤਾ ਸੋ ਟਰਾਈ ਆਊਟਸ ਵਗੈਰੇ ਪ੍ਰੋਪਰ ਮੇਰੇ ਹੋ ਚੁੱਕੇ ਹੋਏ ਆ ਮੇਨ ਹੂੰ ਜਿਹੜਾ ਆਨਰ ਦਾ ਪੇਪਰ ਵਰਕ ਹੈਗਾ ਉਹ ਚੱਲ ਰਿਹਾ ਵਾ ਫੈਮਿਲੀ ਚ ਵਿੱਚ ਕੌਣ ਕੌਣ ਆ ਫੈਮਿਲੀ ਦੇ ਵਿੱਚ ਮੇਰੇ ਫਾਦਰ ਸਾਹਿਬ ਆ ਮੇਰਾ ਬ੍ਰਦਰ ਹੈਗਾ ਵੱਡਾ ਤੇ ਮਦਰ ਐਕਸਪਾਇਰ ਹੋਏ ਆ ਤੇ ਮੈਂ ਆ ਜੀ ਕੀ ਜੋਬ ਕਰਦੀ ਹਾਂ ਕੁਛ ਕੀ ਕਲਾ ਬੁਡੀ ਬਿਲਡਿੰਗ ਨਹੀਂ ਕਹਿ ਲੈਂਦੀ ਮੈਂ ਦੇਖੋ ਜੀ ਇੰਟਰਨੈਸ਼ਨਲ ਰੈਸਲਰ ਹੈਗਾ ਪਲੱਸ ਨਾਲ ਮੈਂ ਯੂਟਿਊਬਰ ਹੈਗਾ ਮੇਰੇ 1.1 ਮਿਲੀਅਨ ਸਬਸਕ੍ਰਾਈਬਰ ਹੈਗਾ YouTube ਤੇ ਸੁਪਰ ਖਾਲਸਾ ਕਰਕੇ ਚੈਨਲ ਹੈਗਾ ਮੇਰਾ ਹੌਬੀਜ਼ ਮੇਰੀਆਂ ਦੇਖੋ ਜੀ ਮੇਨ ਮੇਰਾ YouTube ਚੈਨਲ ਹੀ ਹੈਗਾ ਵਾ ਬਾਕੀ ਆਪਾਂ 24 ਘੰਟੇ ਇੱਕੋ ਜਿਹੇ ਜ਼ੋਨ ਚ ਰਹਿਦਾ ਵਾ ਰੈਸਲਿੰਗ ਦੇ ਕਿਉਂਕਿ 7 ਤੋਂ 8 ਸਾਲ ਤੋਂ ਮੈਂ 7-8 ਤੋਂ ਜਾ ਰਹੀ ਸਭ ਹੋ ਗਈ ਹੋਣੇ ਆ ਸੋ ਇਸੇ ਚੀਜ਼ ਇੱਕ ਦਿਨ ਦੀ ਮੈਂ ਤਿਆਰੀ ਕਰ ਰਿਹਾ ਉਹ ਦਿਨ ਜਰੂਰ ਮੈਂ WWE ਜਾਵਾਂਗਾ WWE ਦੋਨੋਂ ਬੈਲਟਾਂ ਮੇਰੇ ਹੱਥ 'ਚ ਹੋਣਗੀਆਂ ਰੋਮਰ ਐਂਸਰ ਬ੍ਰੋਕਲਰਸ ਰੋਵਰ ਕੇ ਖਿਡਾਰੀ ਮੇਰੇ ਪੈਰਾਂ 'ਚ ਹੋਣਗੇ ਸੋ ਉਹ ਦਿਨ ਬਹੁਤ ਜਲਦੀ ਆਉਣ ਵਾਲਾ ਵਾ ਹੌਬੀਸ ਮੈਂ ਜ਼ਿਆਦਾ ਰੱਖੀਆਂ ਨਹੀਂ ਕਿਉਂਕਿ ਮੇਰਾ ਮੇਨ ਸਰਵ ਇੱਕੋ ਹੀ ਟਾਰਗੇਟ ਹੈਗਾ ਵਾ ਕਿ ਇਹ ਟਾਰਗੇਟ ਨੂੰ ਜ਼ਰੂਰ ਅਚੀਵ ਕਰਨਾ ਵਾ ਕਿਉਂਕਿ ਇੰਡੀਆ ਦੇ ਵਿੱਚ ਮੇਰੇ ਕੋਲ ਏਦਾਂ ਦੇ ਮੈਚਸ ਹੋਏ ਆ ਜਿਹਦੇ ਵਿੱਚ ਤੁਸੀਂ ਕਹਿ ਲਓ ਵੀ ਇੰਡੀਆ ਦੇ ਰੈਸਲਰ ਮੈਨੂੰ ਟੱਚ ਵੀ ਨਹੀਂ ਕਰ ਸਕੇ 스ਕੁਐਸ਼ ਫਾਈਟਸ ਉਹਨਾਂ ਨਾਲ ਕੀਤੀਆਂ ਵਾਂ ਵਿਦਾਊਟ ਟੱਚ ਕੀਤੇ ਕੀਤੇ ਉਹਨਾਂ ਨੂੰ ਮੈਂ 2 ਮਿੰਟ ਦੇ ਵਿੱਚ ਹਰਾ ਦਿੱਤਾ ਸੋ ਏਦਾਂ ਦੀ ਫ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਹੁਣ WWE ਦੇ ਟੌਪ ਦੇ ਰੈਸਲਰਾਂ ਬ੍ਰੌਕ ਲੈਸਰ ਜਾਂ ਰੋਮਨ ਰੈਸ ਉਹਨਾਂ ਨਾਲ ਫਾਈਟ ਕਰਕੇ ਦਿਖਾਓ ਮੈਨੂੰ ਵੀ ਲੱਗਾ ਵੀ ਯਾਰ ਮਾੜੇ ਉੱਤੇ ਜੋਰ ਜਮਾਨ ਦਾ ਕੋਈ ਬੈਨੀਫਿਟ ਨਹੀਂਗਾ ਹੁਣ ਤਕੜੇ ਨਾਲ ਪੰਗਾ ਪਾਵਾਂਗੇ ਤੇ ਤਕੜਿਆਂ ਨੂੰ ਹਰਾਵਾਂਗੇ ਤੇ ਹੋਬੀ ਮੇਰੀ ਜੇ ਤੁਸੀਂ ਕਹੋ ਤੇ ਆ ਇੱਕ ਮੇਰਾ ਸਰਵੋ YouTube ਚੈਨਲ ਹੈਗਾ ਵਾ ਜਿਹੜੇ ਤੇ ਮੈਂ ਉੱਤੇ ਫੋਕਸ ਕਰਦਾ ਵਾਂ ਤੇ ਦੂਸਰੀ ਮੇਰੀ ਗੇਮ ਰੈਸਲਿੰਗ ਹੁਣ ਤਾਂ ਕਿਹੜੀ ਮੈਂ ਕਾਫੀ ਸਾਰੀ ਫਾਈਟਸ ਆਲਰੇਡੀ ਲੜ ਚੁੱਕਿਆ ਹੋਇਆ ਵਾਂ ਤੇ ਅਗੋਂ ਮੇਰੇ ਜਿਹੜੇ ਫਿਊਚਰ ਪਲਾਨ ਹੈਗੇ ਆ ਵਰਲਡ ਵਾਈਡ ਹੀ ਹੁਣ ਸਾਰੀਆਂ ਹੋਣੀਆਂ ਵਾਂ ਇੰਡੀਆ ਚ ਮੇਬੀ ਸ਼ਾਇਦ ਮੇਰੀ ਸ਼ਾਇਦ ਹੀ ਕੋਈ ਫਾਈਟ ਹੋਵੇ ਕਿਉਂਕਿ ਇੰਡੀਆ ਦੇ ਵਿੱਚ ਮੈਂ ਕਾਫੀ ਹੱਦ ਤੱਕ ਕਰ ਚੁੱਕਿਆ ਹਾਂ ਇੰਡੀਆ ਦਾ ਮੈਂ ਕਰੰਟ ਹੈਵੀवेट ਚੈਂਪੀਅਨ ਹੈਗਾ ਵਾਂ ਸੋ ਇੰਡੀਆ ਦੇ ਆਲਮੋਸਟ ਸਾਰੇ ਰੈਸਲਰ ਨੂੰ ਆਲਰੇਡੀ ਹਰਾ ਚੁੱਕਿਆ ਹੋਇਆ ਵਾਂ ਤੇ ਕਾਫੀ ਫਾਈਟਸ ਕੀਤੀਆਂ ਹੋਈਆਂ ਟੀਐਨਏ ਦੇ ਰੈਸਲਰ ਨਾਲ ਕੀਤੀ ਹਰਨੈਂਡਸ ਨਾਲ ਰਿੰਗ ਆਫ ਆਨਰ ਤੇ ਸਾਡੇ ਕੋਚ ਵੀ ਸੀਗੇ ਉਹਨਾਂ ਨਾਲ ਵੀ ਫਾਈਟ ਹੋਈ ਹੋਈ ਹੈ ਨਿਓ ਨਿੰਜਾ ਕੋਚ ਮੈਂ ਕਿੰਨੇ ਕਦੋਂ movies 'ਚ ਕੰਮ ਕੀਤਾ ਸੀ ਉਹਦੇ 'ਚ ਵੀ ਮੈਨੂੰ ਫਾਈਟਿੰਗ ਸੀਨ ਮਿਲੇ ਸੀਗੇ ਕੁਝ ਬਾਹਰ ਦੇ ਰੈਸਲਰ ਆਏ ਸੀ ਉਹਨਾਂ ਨਾਲ ਦੀ ਫਾਈਟ ਕੀਤੀ ਸੀ movie ਦੇ ਵਿੱਚ ਉਹ ਸੀਨ ਸੀਗੇ ਉਹ ਵਲੇ ਸੋ ਆਣ ਵਾਲੇ ਟਾਈਮ ਦੇ ਵਿੱਚ ਇੱਕ ਸਾਊਥ ਅਫਰੀਕਾ ਦੇ ਵਿੱਚ ਹੋ ਰਿਹਾ ਇੱਕ ਬਹੁਤ ਵੱਡਾ ਇਵੈਂਟ ਹੁੰਦਾ ਸਾਊਥ ਅਫਰੀਕਾ ਦਾ ਰੈਸਲ ਮੌਨਸਟਰ ਕਰਕੇ ਸੋ ਉਹਦੇ 'ਚ ਮੇਰੀ ਗੱਲਬਾਤ ਚੱਲ ਰਹੀ ਹੈ ਤੇ ਆਲਮੋਸਟ ਉਹਦੇ 'ਚ ਡਾਨੀ ਹੈਗਾ ਵਾ ਸੋ ਆਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਬਹੁਤ ਸਾਰੀ ਕੰਟਰੀਆਂ ਦੇ ਵਿੱਚ ਹੁਣ ਵਰਲਡ ਵਾਈਡ ਹੀ ਸਾਰੇ ਆਪਣੇ ਮੈਚੇਸ ਹੋਣਗੇ ਆ ਗਵਰਨਮੈਂਟ ਵੱਲੋਂ ਦੇਖੋ ਜੀ ਜਦੋਂ ਮੈਂ ਉਹਨਾਂ ਨੂੰ ਮਿਲਦਾ ਹਾਂ ਮੈਨੂੰ ਸਾਰੇ ਐਪਰੀਸ਼ੀਏਟ ਕਰਦੇ ਆ ਬਹੁਤ ਵੀ ਤੁਸੀਂ ਇੱਕ ਬਹੁਤ ਵਧੀਆ ਫਿਜ਼ੀਕ ਬਣਾਈ ਹੋਈ ਹੈ ਸੋ ਈਵਨ ਕਿ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਜਦੋਂ ਮੈਂ ਕਿਸੇ ਵੱਡੇ ਲੀਡਰ ਨੂੰ ਮਿਲਣ ਜਾਂਦਾ ਹਾਂ ਜਾਂ ਐਮਐਲਏ ਸਾਹਿਬ ਨੂੰ ਕਿਸੇ ਨੂੰ ਮਿਲਣ ਜਾਂਦਾ ਸੋ ਉਹਨਾਂ ਦੇ ਫੈਮਿਲੀ ਦੇ ਛੋਟੇ-ਛੋਟੇ ਬੱਚੇ ਮੈਨੂੰ ਪਹਿਲਾਂ ਹੀ ਜਾਣਦੇ ਹੁੰਦੇ ਆ ਉਹ ਮੇਰੇ ਨਾਲ ਪਿਕਚਰਸ ਵਗੈਰਾ ਖਿਚਵਾਉਂਦੇ ਆ ਸੋ ਬੜਾ ਪ੍ਰਾਊਡ ਫੀਲ ਹੁੰਦਾ ਹੈ ਬਾਕੀ ਸਪੋਰਟ ਵਾਲੀ ਗੱਲ ਰਹੀ ਮੈਂ ਦੇਖੋ ਕਿਸੇ ਦੇ ਸਪੋਰਟ ਤੇ ਨਹੀਂ ਫਿਲਹਾਲ ਬੈਠਾ ਹੋਇਆ ਬਾਕੀ ਜੇ ਗਵਰਨਮੈਂਟ ਆਪਾਂ ਨੂੰ ਸਪੋਰਟ ਕਰੇਗੀ ਤਾਂ ਆਪਾਂ ਬਿਲਕੁਲ ਕਰਾਂਗੇ ਕਿਉਂਕਿ ਦੇਖੋ ਮੇਰਾ ਡ੍ਰੀਮ ਹੈਗਾ ਵੀ ਜੇਰੋ ਮੈਂ ਰੈਸਲਿੰਗ ਕਰ ਲਵਾਂਗਾ ਮੈਂ ਆਪਣੀ ਵੀ ਇੱਕ ਅਕੈਡਮੀ ਖੋਲਣਾ ਚਾਹੁੰਦਾ ਸੋ ਮੈਂ ਨਹੀਂ ਚਾਹੁੰਦਾ ਵੀ ਜਿਹੜੇ ਸਾਡੇ ਪੰਜਾਬ ਦੀ ਨੌਜਵਾਨੀ ਨਸ਼ਿਆਂ 'ਚ ਪਵੇ ਸੋ ਜੇ ਗਵਰਨਮੈਂਟ ਵੱਲੋਂ ਸਪੋਰਟ ਹੋਈ ਤੇ ਉਹਨਾਂ ਦੀ ਸਪੋਰਟ ਦੇ ਨਾਲ ਮੇਬੀ ਸ਼ਾਇਦ ਮੈਂ ਆਪਣੀ ਅਕੈਡਮੀ ਵੀ ਖੋਲਾਂਗਾ ਜਿਹੜੇ ਚ ਅਸੀਂ ਪ੍ਰੋਪਰ ਰੈਸਿੰਗ ਸਿਖਾਵਾਂਗੇ ਕਿਉਂਕਿ ਹੁਣ ਜਿਹੜੀ ਰੈਸਿੰਗ ਸਿਖਾਈ ਜਾ ਰਹੀ ਹੈ ਇੰਡੀਆ 'ਚ ਉਹਦੀ ਫੀਸ ਬਹੁਤ ਜ਼ਿਆਦਾ ਵਾ ਤੇ ਹੁਣ ਕੋਈ ਫੋਰਨ ਦਾ ਰੈਸਲਰ ਵੈਸੇ ਵੀ ਇੰਡੀਆ 'ਚ ਨਹੀਂ ਆ ਰਿਹਾ ਸਿਖਾਉਣ ਲਈ ਇੰਡੀਆ ਦੇ ਰੈਸਲਰ ਹੀ ਸਿਖਾ ਰਹੇ ਆ ਉਹਨਾਂ ਨੂੰ ਆਪ ਹੀ ਬਹੁਤ ਘੱਟ ਨੋਲਿਜ ਹੈਗੀ ਹੈ ਸੋ ਗਲਤ ਗਾਈਡੈਂਸ ਦੇ ਵਿੱਚ ਲੋਕ ਜਾ ਰਹੇ ਆ ਫਿਰ ਜੇ ਅਸੀਂ ਆਪਣੀ ਗੇਮ ਨੂੰ ਖੋਲਦੇ ਆ ਇਹਦੀ ਅਕੈਡਮੀ ਆਪਣੇ ਪੰਜਾਬ 'ਚ ਖੋਲਦੇ ਆ ਉਹਦਾ ਸਭ ਤੋਂ ਵੱਡਾ ਬੈ ਸੋ ਉਮੀਦ ਆ ਵੀ ਜੇ ਗਵਰਨਮੈਂਟ ਜੇ ਉਹਨਾਂ ਦੇ ਨਾਲ ਹੀ ਸਹਿਯੋਗ ਨਾਲ ਕਰੀਏ ਤਾਂ ਮੇਬੀ ਇੱਕ ਵਧੀਆ ਅਕੈਡਮੀ ਆਪਾਂ ਇੱਥੇ ਤਿਆਰ ਕਰ ਸਕਦੇ ਹਾਂ ਦੇਖੋ ਉਹਨਾਂ ਨੇ ਮੇਰਾ ਛੋੜਿਆ ਜ ਮੈਸੇਜ ਹੈ ਜੀ ਆਪਣੇ ਮਾਈਂਡਸੈਟ ਨੂੰ ਹਮੇਸ਼ਾ ਪੋਜ਼ਿਟਿਵ ਰੱਖੋ ਜੋ ਤੁਹਾਡਾ ਮਾਈਂਡਸੈਟ ਹੁੰਦਾ ਨਾ ਤੁਸੀਂ ਉਹੀ ਬਣਦੇ ਹੋ ਤੇ ਜੋ ਤੁਹਾਡੇ ਮਾਈਂਡ ਦੇ ਵਿੱਚ ਇਸ ਸਮੇਂ ਚੱਲ ਰਿਹਾ ਹੈ ਨਾ ਆਉਣ ਵਾਲੇ ਦਿਨਾਂ 'ਚ ਤੁਹਾਡੇ ਨਾਲ ਉਹੀ ਚੀਜ਼ਾਂ ਹੋਣਗੀਆਂ ਜਾਂ ਤੁਸੀਂ ਉਹੀ ਬਣਨਾ ਬਣੋਗੇ ਕਿਉਂਕਿ ਦੇਖੋ ਇਹਨੂੰ ਨਾ ਮੈਂ ਲਾਅ ਆਫ ਅਟਰੈਕਸ਼ਨ ਕਹਿੰਦਾ ਮੈਂ ਨਹੀਂ ਕਹਿੰਦਾ ਇਹ ਹੈ ਹੀ ਲਾਅ ਆਫ ਅਟਰੈਕਸ਼ਨ ਹੈਗੀ ਆ ਲਾਅ ਆਫ ਅਟਰੈਕਸ਼ਨ ਕੀ ਹੁੰਦੀ ਜੋ ਅਸੀਂ ਸੋਚਦੇ ਹਾਂ ਉਹ ਸੋਚਦੇ ਹਾਂ ਨਾ ਉਹ ਚੀਜ਼ਾਂ ਸਾਡੇ ਵੱਲ ਅਟਰੈਕਟ ਹੋਣੀ ਸ਼ੁਰੂ ਹੋ ਜਾਂਦੀਆਂ ਮੇਰਾ ਇੱਕ ਛੋਟਾ ਜਿਹਾ ਮੈਸੇਜ ਹੈ ਸਾਰਿਆਂ ਨੂੰ ਤੁਸੀਂ ਆਪ ਵੀ ਟਰਾਈ ਕਰਕੇ ਦੇਖ ਸਕਦੇ ਹੋ ਸਿਰਫ ਇੱਕ ਹਫਤਾ ਆਪਣੇ ਮਾਈਂਡ ਦੇ ਵਿੱਚ ਇੱਕ ਵੀ ਨੈਗੇਟਿਵ ਵਿਚਾਰ ਨਾ ਆਉਂਦੇ ਹੋ ਵੀ ਮੇਰਾ ਐਕਸੀਡੈਂਟ ਨਾ ਹੋ ਜਾਏ ਮੇਰੇ ਸੱਟ ਨਾ ਲੱਗ 24 ਘੰਟੇ ਇਹ ਸੋਚਣਾ ਮੈਂ ਆਪਣੀ ਲਾਈਵ 'ਚ ਕੀ ਬਣਨਾ ਚਾਹੁੰਦਾ ਹਾਂ ਤੇ ਮੇਰਾ ਗੋਲ ਕੀ ਹੈ ਜੇ ਤੁਸੀਂ ਉਹਨੂੰ ਰਿਪੀਟ ਕਰੋਗੇ ਆਪਣੇ ਮਾਈਂਡ ਦੇ ਵਿੱਚ ਤੁਹਾਨੂੰ ਆਪਣੇ ਆਪ ਰਸਤੇ ਉਧਰ ਤੇ ਦਿਖਣੇ ਸ਼ੁਰੂ ਹੋ ਜਾਣਗੇ ਜਾਂ ਆਪਣੇ ਆਪ ਚੀਜ਼ਾਂ ਤੁਹਾਡੇ ਵੱਲ ਅਟਰੈਕਟ ਹੋਣੇ ਸ਼ੁਰੂ ਹੋ ਜਾਣਗੀਆਂ ਬਾਕੀ ਨਸ਼ਿਆਂ 'ਚ ਬੰਦਾ ਉਦੋਂ ਜਾਂਦਾ ਜਦੋਂ ਬੰਦਾ ਡਿਪਰੈਸ ਹੁੰਦਾ ਵਾ ਜੇ ਤੁਹਾਡੇ ਕੋਲ ਲਾਈਫ ਦੇ ਵਿੱਚ ਕੁਝ ਕਰਨ ਲਈ ਹੋਏਗਾ ਕੋਈ ਮਕਸਦ ਹੋਏਗਾ ਤੇ ਤੁਸੀਂ ਕਦੀ ਵੀ ਡਿਪਰੈਸ਼ਨ ਦੇ ਵਿੱਚ ਨਹੀਂ ਜਾਓਗੇ ਜੇ ਡਿਪਰੈਸ਼ਨ 'ਚ ਨਹੀਂ ਜਾਓਗੇ ਨਸ਼ਿਆਵਲ ਨਹੀਂ ਜਾਓਗੇ ਬਾਕੀ ਸਾਡੀ ਜਿਹੜੀ ਗਵਰਨਮੈਂਟ ਹੈਗੀ ਉਹਨਾਂ ਨੂੰ ਵੀ ਰਿਕੁਐਸਟ ਹੈ ਜਿਹੜੇ ਨੌਜਵਾਨ ਬੇਰੋਜ਼ਗਾਰ ਹੈਗੇ ਉਹਨਾਂ ਨੂੰ ਵੱਤੋਂ ਆ ਨੌਕਰੀ ਦਿੱਤੀ ਜਾਵੇ ਕਿਉਂਕਿ ਜਿਹਦੇ ਕੋਲ ਨੌਕ ਅਕੈਡਮੀ ਦਾ ਦੇਖੋ ਜੀ ਇਦਾਂ ਸੀਗਾ ਅਕੈਡਮੀ ਦੇ ਵਿੱਚ ਮੈਂ ਟ੍ਰੇਨਿੰਗ ਆਪਣੀ ਪੂਰੀ ਕਰ ਲਈ ਹੋਈ ਸੀਗੀ ਸੋ ਮੈਂ ਫੀਸ ਜਿਹੜੀ ਸੀ ਪੈਸੇ ਵਾਲਾ ਤਾਂ ਕੋਈ ਨਹੀਂ ਸੀਗਾ ਜੋ ਮੇਰੇ ਤੋਂ ਉਹਨਾਂ ਨੇ ਮੰਗੇ ਸੀ ਮੈਂ ਉੱਥੋਂ ਸਗੋ ਵਾਦੀ ਦਿੱਤੇ ਸੀ ਉੱਥੇ ਫੀਸ ਤੇ ਉੱਥੇ ਮੈਂ ਟ੍ਰੇਨਿੰਗ ਕਰ ਰਿਹਾ ਸੀ ਬਾਕੀ ਮੈਨੂੰ ਪ੍ਰਮੋਟ ਨਹੀਂ ਕੀਤਾ ਜਾ ਰਿਹਾ ਸੀ ਤੁਹਾਨੂੰ ਕਲੀਅਰ ਗੱਲ ਦੱਸਾਂ ਜੋ ਮੇਰੀ ਇੱਕ ਅਸਲੀ ਇਮੇਜ ਸੀਗੀ ਉਹ ਇਮੇਜ ਨੂੰ ਨਹੀਂ ਦਿਖਾਇਆ ਜਾ ਰਿਹਾ ਸੀਗਾ ਸੋ ਇਸ ਕਰਕੇ ਫਿਰ ਮੈਂ ਇਹੀ ਸੋਚਿਆ ਵੀ ਯਾਰ ਮੈਂ ਇੱਕ ਪੜਿਆ ਲਿਖਿਆ ਨੌਜਵਾਨ ਆ ਮੈਂ ਆਪ ਡਾਇਰੈਕਟ ਸਾਰਾ ਕੁਝ ਕਰ ਸਕਦਾ ਮੈਨੂੰ ਕਿਸੇ ਦੀ ਲੋੜ ਛੋੜਨਾ ਹੈਗੀ ਆ ਹੁਣ ਇੱਕ ਹੁੰ ਉਹੀ ਜੋ ਅੱਗੇ ਗੱਲ ਕਰਦਾ ਵਾ ਉਹੀ ਦੱਸਦਾ ਵੀ ਇਹ ਮੁੰਡਾ ਕਿੱਦਾਂ ਦਾ ਕਿੱਦਾਂ ਦਾ ਨਹੀਂ ਹੁਣ ਕੁਛ ਚਾਪਲੂਸੀ ਕਰਨ ਵਾਲੇ ਲੋਕ ਕੁਛ ਪੋਲਿਟਿਕਸ ਖੇਡਣ ਵਾਲੇ ਲੋਕ ਇਸ ਚੀਜ਼ ਦਾ ਫੈਰਾ ਚੱਕ ਲੈਂਦੇ ਆ ਹੁਣ ਮੰਨ ਲਓ ਤੁਸੀਂ ਕਿਤੇ ਬੈਠੇ ਹੋਏ ਹੋ ਤੁਹਾਨੂੰ ਆਗੇ ਮੇਰੇ ਬਾਰੇ ਚੁਗਲੀਆਂ ਕਰੀ ਜਾਣੀਆਂ ਸਰ ਉਹ ਇਦਾਂ ਕਹਿੰਦਾ ਸੀ ਉਦਾਂ ਕਹਿੰਦਾ ਸੀ ਤੁਸੀਂ ਉਹਦੀ ਗੱਲ ਤੇ ਬਲੀਵ ਕਰ ਲੈਨੇ ਹੋ ਫਿਰ ਉਸ ਚੀਜ਼ ਦੇ ਨਾਲ ਮੈਨੂੰ ਆਪਰਚੂਨਿਟੀ ਤੋਂ ਦੂਰ ਕੀਤਾ ਜਾ ਰਿਹਾ ਸੀਗਾ ਸੋ ਫਿਰ ਮੈਂ ਕਿਸੇ ਦਾ ਸਹਾਰਾ ਨਹੀਂ ਦੇਖਿਆ ਸਾਰੇ ਦੇ ਸਹਾਰੇ ਛੱਡ ਕੇ ਆਪਣੇ ਦਮ ਤੇ ਜਦੋਂ ਮੈਂ ਟਰਾਈ ਕੀਤਾ WWE ਦੇ ਜੇ ਕੋਈ ਵੀ ਜਾਣਾ ਚਾਹੁੰਦਾ ਤੁਹਾਨੂੰ ਇੱਕ ਛੋਟੀ ਚੀਜ਼ ਦੱਸਣਾ ਚਾਹਨਾ ਤੁਹਾਨੂੰ ਰੈਸਿੰਗ ਸਿੱਖਣ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਜਿਹੜੇ ਲੋਕ ਕਹ ਰਹੇ ਤੁਹਾਨੂੰ ਅਸੀਂ WWE ਚ ਪਹੁੰਚਾ ਦੇਵਾਂਗੇ WWE ਨੂੰ ਸਿੱਖੇ ਹੋਏ ਰੈਸਲਰ ਚਾਹੀਦੇ ਨਹੀਂ WWE ਦੀ ਵੈਬਸਾਈਟ ਜਾਓ ਰਿਕਰੂਟ ਦੀ অপਸ਼ਨ ਆਉਂਦੀ ਉਹ ਚ ਫਾਰਮ ਆਦਾ ਫਾਰਮ ਫਿਲ ਕਰੋ ਫੋਮ ਦੇ ਸਭ ਤੋਂ ਪਹਿਲਾਂ ਇਹ ਪੁੱਛਿਆ ਜਾਣਾ ਤੁਹਾਡੀ ਐਥਲੈਟਿਕ ਬੈਕਗ੍ਰਾਉਂਡ ਕੀ ਹੈਗੀ ਹੈ ਮੇਰੀ ਐਥਲੈਟਿਕ ਬੈਕਗ੍ਰਾਉਂਡ ਮੈਂ ਨੈਸ਼ਨਲ ਲੈਵਲ ਦਾ ਪਾਵਰ ਲਿਫਟਿੰਗ ਦਾ ਪਲੇਅਰ ਰਿਆ ਹੋਇਆ ਪੰਜਾਬ ਚ ਮੇਰਾ 골ਡ ਮੈਡਲ ਹੈ ਪਲੱਸ ਮੈਂ ਇੰਡੀਆ ਸਟਰੋਂਗਸਟ ਮੈਂ ਟਾਈਟਲ ਹোলਡਰ ਹਾਂ ਫਿਰ ਮੈਂ ਜਿਹੜੀ ਰੈਸਲਿੰਗ ਸਿੱਖੀ ਸੀ ਗੋਰੀਆਂ ਕੋ ਸਿੱਖੀ ਹੋਈ ਹੈ ਹੁਣ ਜੇ ਇਹੀ ਕੁਛ ਅਕੈਡਮੀਜ਼ ਦੇ ਵਿੱਚ ਇੰਡੀਆ ਦੇ ਰੈਸਲਰੀ ਸਿਖਾ ਰਹੇ ਆ ਜੇ ਤੁਹਾਨੂੰ ਉਹਨਾਂ ਨੇ ਕੁਝ ਗਲਤ ਮੂਵ ਸਿਖਾਤਾ ਤੁਹਾਨੂੰ ਟ੍ਰਾਈਆਊਟ ਦੀ ਜੇ ਓਪਰਚ्युनिटी ਵੀ ਮਿਲ ਜਾਂਦੀ ਹੈ ਤੁਸੀਂ ਟ੍ਰਾਈਆਊਟ ਦੇਣ ਚਾਹੁੰਦੇ ਹੋ ਤੁਹਾਡ ਕੋ ਉ ਲੋੜਨੀ ਹੈਗੀ ਆਪਣੇ ਜੇ ਤੁਸੀਂ ਆਪਣੀ ਐਥਲੈਟਿਕ ব্যাকਗ੍ਰਾਉਂਡ ਵਧੀਆ ਬਣਾਓ ਕਿਸੇ ਸਪੋਰਟਸ ਦੇ ਕਿਸੇ ਫੀਲਡ ਦੇ ਵਿੱਚ ਨੈਸ਼ਨਲ ਲੈਵਲ ਜਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਤੁਸੀਂ ਕੁਝ ਅਚੀਵ ਕਰੋ www ਦੀ ਜਿਹੜਾ ਮੈਂ ਦੱਸ ਦਿੱਤਾ ਉਹ ਵੈਬਸਾਈਟ ਦੇ ਉੱਤੇ ਹੁੰਦਾ ਫਾਰਮ ਹੁੰਦਾ ਫਾਰਮ ਫਿਲ ਕਰੋ ਜਰੋਂ ਨੈਕਸਟ ਰੌਂਡ ਹੋਣਗੇ ਤੁਹਾਡੀ ਜਿਓ ਤੁਹਾਡੀ ਅਬਿਲਟੀ ਹੈਗੇ ਉਸ ਹਿਸਾਬ ਨਾਲ ਤੁਹਾਨੂੰ ਇਨਵਾਈਟ ਕੀਤਾ ਜਾਏਗਾ ਨਹੀਂ ਮੈਂ ਦੇਖੋ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਮੈਂ ਅਕੈਡਮੀਜ਼ ਦੇ ਵਿੱਚ ਇੱਕ ਦੋ ਅਕੈਡਮੀ ਚ ਹੋਰ ਵੀ ਗਿਆ ਹੋਇਆ ਮੈਂ ਕਿਸੇ ਵੀ ਅਕੈਡਮੀ ਨੂੰ ਇਹਦੇ ਚ ਟਾਰਗੇਟ ਨਹੀਂ ਕਰ ਰਿਹਾ ਬਾਕੀ ਗ੍ਰੇਡ ਖਲੀ ਜੀ ਨਾਲ ਮੇਰੇ ਬਹੁਤ ਵਧੀਆ ਰਿਲੇਸ਼ਨ ਹੈਗੇ ਮੇਰੀ ਉਹਨ ਮੈਂ ਸਿਰਫ ਆਪ ਆਪਣੇ ਦਮ ਤੇ ਕੁਝ ਕਰਨਾ ਚਾਹੁੰਦਾ ਸੀਗਾ ਮੈਂ ਆਪ ਆਪਣੇ ਮੈਨੂੰ ਇਹ ਚੀਜ਼ ਲੱਗ ਰਹੀ ਸੀ ਵੀ ਜੇ ਮੈਂ ਆਪ ਇਕੱਲਾ ਹੋ ਕੇ ਆਪਣੇ ਦਮ ਤੇ ਕੁਝ ਕਰਾਂ ਤੇ ਮੈਂ ਜਲਦੀ ਅੱਗੇ ਵਧ ਸਕਦਾ ਹਾਂ ਸੋ ਰਿਜ਼ਲਟ ਮੈਨੂੰ ਨਜ਼ਰ ਵੀ ਆਏ ਆ ਸੋ ਜਿੰਨੇ ਵੀ ਮੈਂ ਜੀ W W ਟ੍ਰਾਈ ਆਊਟ ਦਿੱਤੇ ਜਾਂ ਮੈਂ ਕੁਝ ਵੀ ਕੀਤਾ ਮੈਂ ਆਪਣੇ ਦਮ ਤੇ ਅਚੀਵ ਕੀਤਾ ਇਹਦੇ ਪਿੱਛੇ ਕਿਸੇ ਦਾ ਕੋਈ ਹੱਥ ਨਹੀਂ ਸਿਰਫ ਮੇਰੇ ਘਰਦਿਆਂ ਦੀ ਸਪੋਰਟ ਆ ਜਿੰਨੇ ਮੈਨੂੰ ਲੋਕ ਮੇਰੇ ਫੈਨਸ ਮੇਰੇ ਸਬਸਕ੍ਰਾਈਬਰ ਮੈਨੂੰ ਪਿਆਰ ਕਰਦੇ ਉਹਨਾਂ ਦੀ ਸਪੋਰਟ ਆ ਤੇ ਪਰਮਾਤਮਾ ਦਾ ਆਸ਼ੀਰਵਾਦ ਆ ਬਹੁਤ ਜਲਦ ਤੁਸੀਂ W W ਦੇ ਵਿੱਚ ਮੈਨੂੰ ਦੇਖੋਗੇ ਕਿਉਂਕਿ ਇੱਕ ਛੋਟੀ ਜੀ ਪ੍ਰੋਬਲਮ ਤੁਹਾਨੂੰ ਪਤਾ ਸਾਡੇ ਵਿੱਚ ਆਈ ਸੀ ਛੋਟੀ ਤਾਂ ਨਹੀਂ ਬਹੁਤ ਵੱਡੀ ਪ੍ਰੋਬਲਮ ਸੀ ਕਰੋਨਾ ਵਾਇਰਸ ਉਹਦੇ ਕਰਕੇ ਸਾਰੀ ਐਮਬੈਸਡ ਜਿਹੜੀ ਸੀ ਬੰਦ ਹੋ ਗਈ ਸੀ ਸੋ ਵੀਜ਼ਾ ਪ੍ਰੋਸੈਸ ਦੇ ਵਿੱਚ ਡਿਲੇ ਆਇਆ ਉਹਦੇ ਕਰਕੇ ਸਾਰਾ ਕੁਝ ਰੁਕਿਆ ਹੋਇਆ ਵਾ ਜਿੱਦਾਂ ਹੀ ਇਹ ਸਾਰੀ ਚੀਜ਼ਾਂ ਸ਼ੁਰੂ ਹੁੰਦੀਆਂ ਜੋ ਪ੍ਰੋਪਰ ਪੇਪਰ ਜਿਹੜੇ ਹੈਗੇ ਆ ਉਹ ਆਂਦੇ ਆ www ਤੋਂ ਪ੍ਰੋਪਰ ਜਿਹੜਾ ਸਾਰਾ ਇੱਕ ਜਿਹੜਾ ਪੇਪਰ ਵਾਲਾ ਕੁਝ ਸ਼ੁਰੂ ਹੋ ਜਾਏਗਾ ਆਏਗਾ ਉਸ ਬੇਸ ਤੇ ਇਹ ਸੀ ਵੀਜ਼ਾ ਤੁਹਾਨੂੰ ਮਿਲੇਗਾ ਵੀਜ਼ਾ ਮਿਲਣ ਤੋਂ ਬਾਅਦ ਕੰਟ੍ਰੈਕਟ ਆਫਰ ਹੁੰਦਾ ਹੁੰਦਾ ਸੋ ਇੱਕ ਇੱਕ ਪ੍ਰੋਪਰ ਤਰੀਕੇ ਨਾਲ ਪ੍ਰੋਸੈਸ ਚ ਜਾਗਾ ਵਾ ਸਾਰ ਹਜੇ ਮੈਂ ਦਾਸਿੰਗ ਸਰਦਾ ਪਰ ਮੇਰੇ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਇੰਟਰਨੈਸ਼ਨਲ ਲੈਵਲ ਦੇ ਫਾਈਟਸ ਹੋਣ ਵਾਲੀਆਂ ਵਾਂ ਜਿਹਦੇ ਬਾਰੇ ਤੁਹਾਨੂੰ ਮੈਂ ਦੱਸਿਆ ਸਾਊਥ ਅਫਰੀਕਾ ਹੋ ਗਿਆ ਜਾਂ ਹੋਰ ਵੀ ਕੰਪਨੀਆਂ ਦੇ ਵਿੱਚ ਫਾਈਟ ਹੈਗੀ ਆ ਉਹਦੇ ਵਿੱਚ ਵੀ ਕਹਿ ਲਓ ਕਿ ਡਬਲਯੂ ਡਬਲਯੂ ਦੇ ਰੈਸਲਰ ਹੀ ਆ ਕੇ ਫਾਈਟ ਕਰਨ ਵਾਲੇ ਹੈਗਾ ਸੋ ਗੋਰੀਆ ਨਾਲ ਹੀ ਬਾਹਰ ਦੇ ਰੈਸਲਰ ਨਾਲ ਹੀ ਮੇਰੀ ਇੱਕ ਬਹੁਤ ਵੱਡੇ ਲੈਵਲ ਦੇ ਫਾਈਟਸ ਹੋਏਗੀ ਸੋ ਮੇਰਾ ਟਾਰਗੇਟ ਹੈ ਵੀ ਜਰੋ ਤੱਕ ਮੈਂ ਡਬਲਯੂ ਡਬਲਯੂ ਦੇ ਕੰਟਰੈਕਟ ਤੋਂ ਦੂਰ ਹੈਗਾ ਹਜੇ ਕਿਉਂਕਿ ਪੇਪਰ ਵਰਕ ਵਿੱਚ ਕਿੰਨਾ ਟਾਈਮ ਲੱਗਦਾ ਵਾਂ ਬਹੁਤ ਘੱਟ ਵੀ ਲੱਗ ਸਕਦਾ ਥੋੜਾ ਜਿਹਾ ਜ਼ਿਆਦਾ ਵੀ ਲ ਪੂਰੀ ਦੁਨੀਆ ਦੇ ਵਿੱਚ ਜਿੰਨੀ ਵੀ ਅਕੈਡਮੀਸ ਹੈਗੀਆਂ ਜਾਂ ਕੰਪਨੀਆਂ ਹੈਗੀਆਂ ਸਾਰਿਆਂ ਦਾ ਚੈਂਪੀਅਨ ਬੰਨਾ ਮੇਰਾ ਗੋਲ ਹੈਗਾ ਵਾ ਸੋ ਤੋਂ ਬਾਅਦ ਬਹੁਤ ਜਲਦੀ ਫਿਰ WWE ਦੇ ਵਿੱਚ ਜਾ ਕੇ ਉਹਨਾਂ ਦੇ ਰੈਸਲਰਾਂ ਦੇ ਧੌਂ ਤੇ ਗੋਡਾ ਰੱਖਾਂਗੇ